ਜਿਹੜਾ ਮੋਟਿਵ ਹੈ ਨਾ ਉਸ ਚੀਜ਼ ਨੂੰ ਬਣਾਉਣ ਦਾ, ਉਹ ਇਹ ਆ ਕਿ ਅਸੀਂ ਆਮ ਲੋਕਾਂ ਦੀ ਜਿੱਦਾਂ ਸਿਕਿਉਰਿਟੀ ਨੂੰ ਲੈ ਕੇ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ ਅਸੀਂ ਚਿੰਤਤ ਸਾਂ ਕਿ ਜਿੱਦਾਂ ਆਮ ਹੀ ਚੋਰੀਆਂ ਵੱਧ ਰਹੀਆਂ ਨੇ। ਸਾਡੇ ਕੋਲ CCTV ਲੱਗੇ ਹੁੰਦੇ ਆ, ਕੈਮਰਾਜ਼ ਲੱਗੇ ਹੁੰਦੇ ਆ, ਪਰ ਸਾਡੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ ਕਿ 24 ਘੰਟੇ ਆਪਾਂ ਉਹਨਾਂ ਨੂੰ ਵੇਖੀ ਜਾਈਏ। ਸਿਕਿਉਰਿਟੀ ਸਿਸਟਮ ਦੇ ਵਿੱਚ ਅਸੀਂ ਕੀ ਪ੍ਰੋਵਾਈਡ ਕਰਦੇ ਹਾਂ ਕਿ ਤੁਹਾਡੀ ਜਿਹੜੀ ਘਰ ਦੀ ਚਾਰ ਦੀਵਾਰੀ ਆ, ਤੁਹਾਡੀ ਘਰ ਦੀ ਛੱਤ ਹੋਵੇ ਜਾਂ ਜੇ ਤੁਸੀਂ ਬਾਉਂਡਰੀ ਵਾਲ ਵਾਲਾ ਘਰ ਹੈ ਤੁਹਾਡਾ ਜਾਂ ਚਾਰ ਦੀਵਾਰੀ ਆ, ਉਹਨੂੰ ਅਸੀਂ ਸੈਂਸਰ ਨਾਲ ਕਵਰ ਕਰ ਦੇਣਾ। ਤੋ ਜਿਹੜਾ ਬੰਦਾ ਵੀ ਕੋਈ ਤੁਹਾਡੀ ਕੋਈ ਕੰਧ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਜਾਂ ਕੰਧ ਦੇ ਉੱਤੇ ਟੱਪਣ ਦੀ ਕੋਸ਼ਿਸ਼ ਕਰਦਾ ਵਾ ਜਾਂ ਈਵਨ ਕੰਧ ਦੇ ਉੱਤੇ ਹੱਥ ਵੀ ਰੱਖ ਦਿੰਦਾ ਵਾ, ਤੇ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬੈੱਲ ਵੱਜ, ਤੁਸੀਂ ਅਲਾਰਮ ਸੁਣ ਕੇ ਤੁਸੀਂ ਸੁਚੇਤ ਹੋ ਜਾਓ ਕੋਈ ਬੰਦਾ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਕੈਮਰਾ ਵੇਖੋਗੇ, ਅਗਰ ਕੋਈ ਤੁਹਾਨੂੰ ਸਿਚੁਏਸ਼ਨ ਖਤਰੇ ਲਈ ਲੱਗਦੀ ਤੁਸੀਂ ਆਂਢ ਗੁਆਂਢ ਬੁਲਾ ਸਕਦੇ ਜੇ, ਫੋਨ ਤੇ ਆਪਣੇ ਲਈ ਮਦਦ ਬੁਲਾ ਸਕਦੇ ਜੇ। ਬਹੁਤ ਸਾਰੇ ਰਸਤੇ ਆ ਜਦੋਂ ਚੋਰ ਦੇ ਐਂਟਰ ਕਰਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਜੇ। ਜੇ ਤੁਸੀਂ ਮੰਨ ਲਓ ਘਰ ਦੇ ਵਿੱਚ ਹੀ ਨਹੀਂ ਜੀ, ਤੁਹਾਡੇ ਫੋਨ ਤੇ ਕਾਲ ਆਏਗੀ ਬਕਾਇਦਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਮਤਲਬ ਇੰਟਰੂਡਰ ਕੋਈ ਤੁਹਾਡੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਤੁਹਾਡੇ ਘਰ ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਗਲਤ ਅਨਸਰ ਹੈ। ਚੋਰਾਂ ਕੋਲੋਂ ਨਵੇਂ ਤਰੀਕੇ ਆ, ਤੇ ਚੋਰੀ ਸੌਖੀ ਕਰਨ ਵਾਸਤੇ ਕੋਈ ਇਹਦਾ ਹੱਲ ਕਰ ਸਕਦਾ ਹੈ, ਜਿਸ ਤਰ੍ਹਾਂ ਕਿ ਇਹ ਵੱਜੇ ਨਾ ਜਾਂ ਅਲਾਰਮ ਆਵੇ ਨਾ। ਜੇ ਕੋਈ ਸੈਂਸਰ ਨੂੰ ਤੋੜਦਾ ਤਾਂ ਵੀ ਅਲਾਰਮ ਹੀ, ਤਾਂ ਵੀ ਤੁਹਾਨੂੰ ਪਤਾ ਲੱਗੇਗਾ ਸੈਂਸਰ ਤੋੜਤਾ ਕਿਸੇ ਨੇ। ਜੇ ਕੋਈ ਬੰਦਾ ਤੁਹਾਡੇ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਵਾ, ਉਹਨੂੰ ਪਤਾ ਕਿ ਸੈਂਸਰ ਨੂੰ ਸਪਲਾਈ ਕਿੱਥੋਂ ਜਾ ਰਹੀ ਹੈ, ਸੈਂਸਰ ਨੂੰ ਹੋਰ ਕਿਹੜੇ ਤਰੀਕੇ ਨਾਲ ਡੈਮੇਜ ਕਰ ਸਕਦੇ ਆ, ਅਗਰ ਸੈਂਸਰ ਦੀ ਪਾਵਰ ਕੱਟੇਗੀ ਤਾਂ ਵੀ ਤੁਹਾਨੂੰ ਬੈੱਲ ਵੱਜਣੀ ਹੈ, ਤਾਂ ਵੀ ਤੁਹਾਡੇ ਫੋਨ ਤੇ ਕਾਲ ਆ ਜਾਣੀ ਹੈ, ਅਗਰ ਬਾਰਿਸ਼ ਹੋ ਰਹੀ ਹੈ ਸੈਂਸਰ ਨੇ ਤਾਂ ਵੀ ਕੰਮ ਕਰਨਾ, ਧੁੰਦ ਪਈ ਹੈ ਸੰਘਣੀ ਤਾਂ ਵੀ ਸੈਂਸਰ ਨੇ ਕੰਮ ਕਰਨਾ, ਅਗਰ ਪੂਰਾ ਹਨੇਰਾ ਆ ਕੋਈ ਲਾਈਟ ਨਹੀਂ ਜਗਦੀ ਤੇ ਤਾਂ ਵੀ ਸੈਂਸਰ ਨੇ ਕੰਮ ਕਰਨਾ, ਸਿਰਫ ਇਨਸਾਨ ਦੇ ਹੀ ਕੰਧ ਉੱਤੇ ਚੜ੍ਹਨ ਦੇ ਉੱਤੇ ਬੈੱਲ ਵੱਜੂਗੀ, ਬਿੱਲੀ ਕੁੱਤੇ ਜਾਂ ਚੂਹੇ ਦੇ ਚੜ੍ਹਨ ਦੇ ਨਾਲ ਕੋਈ ਬੈੱਲ ਨਹੀਂ। ਕੋਈ ਤੁਹਾਡੇ ਕੋਲ ਪੱਖਾ, ਫ੍ਰਿਜ, TV, AC, ਕੂਲਰ ਜਾਂ ਕਮਰੇ ਜਿਹੜਾ ਬਾਥਰੂਮ 'ਚ ਗੀਜ਼ਰ ਵੀ ਲੱਗਾ ਹੈ, ਤਾਂ ਅਸੀਂ ਉਹਨੂੰ ਵੀ ਸਮਾਰਟ ਕਰ ਦਿੰਦੇ। ਤੁਸੀਂ ਚਾਹੋ ਆਪਣੇ ਫੋਨ ਤੋਂ ਉਸ ਡਿਵਾਈਸ ਨੂੰ, ਉਸ ਜਿਹੜਾ ਤੁਹਾਡਾ ਇਲੈਕਟ੍ਰੋਨਿਕ ਚੀਜ਼ ਹੈ ਜਿਹੜੀ, ਉਹਨੂੰ ਤੁਸੀਂ ਬੰਦ ਕਰ ਸਕਦੇ ਜੇ, ਤੁਸੀਂ ਆਪਣੇ ਫੋਨ ਤੋਂ ਚਾਲੂ ਕਰ ਸਕਦੇ ਜੇ, ਈਵਨ ਤੁਸੀਂ ਜੇ ਮੰਨ ਲਓ ਘਰੋਂ ਤੁਸੀਂ ਕਾਹਲੀ ਕਾਹਲੀ ਚੱਲ ਗਏ, ਤੁਹਾਨੂੰ ਯਾਦ ਭੁੱਲ ਗਿਆ ਕੀ ਚਾਲੂ ਛੱਡ ਕੇ ਆਇਆ ਕੀ ਬੰਦ ਕਰ, ਦੂਸਰਾ ਨੰਬਰ ਇਹ ਆ ਕਿ ਤੁਸੀਂ ਤੁਹਾਨੂੰ ਇੱਕ ਸਮਾਰਟ ਸਪੀਕਰ ਦੇਵਾਂਗੇ, ਤੁਸੀਂ ਉਹਨੂੰ ਆਵਾਜ਼ ਦੇ ਕੇ ਵੀ ਕੰਮ ਕਰ ਸਕੋ। ਹੁਣ ਮੰਨ ਲਓ ਤੁਹਾਡੇ ਘਰ ਦੇ ਲੌਕ ਦੀ ਚਾਬੀ ਕੋਈ ਡੁਪਲੀਕੇਟ ਬਣਾ ਕੇ ਲੈ ਗਿਆ, ਤੁਸੀਂ ਰਾਤ ਨੂੰ ਸੁੱਤੇ ਜੇ ਤੁਹਾਡੀ ਚਾਬੀ ਨਾਲ ਲੌਕ ਖੋਲ ਕੇ ਕੋਈ ਬੰਦਾ ਐਂਟਰ ਕਰ ਗਿਆ, ਉਸ ਥਾਂ ਤੇ ਅਸੀਂ ਕੀ ਕਰਦੇ ਆ ਤੁਹਾਡੇ ਜਿਹੜੇ ਲੌਕ ਆ ਉਹ ਵੀ ਸਮਾਰਟ ਕਰ ਦਿੰਦੇ। ਤੁਹਾਡੇ ਲੌਕ ਦੇ ਵਿੱਚ, ਤੁਹਾਡੀ ਆਵਾਜ਼ ਨਾਲ ਖੁੱਲਣ ਵਾਲੇ ਲੌਕ ਦੇ ਵਿੱਚ ਜਦੋਂ ਕੋਈ ਚਾਬੀ ਲਗਾਊਗਾ, ਤੇ ਸੋਫਟਵੇਅਰ ਜਿਹੜਾ ਵਾ ਤੁਹਾਡੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਭੇਜੂਗਾ ਬਕਾਇਦਾ ਕਿ ਤੁਹਾਡੇ ਦਰਵਾਜ਼ੇ ਵਿੱਚ ਕੋਈ ਬਾਹਰੋਂ ਚਾਬੀ ਲਾ ਕੇ ਖੋਲਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਕਿ ਤੁਹਾਡੀ ਮਰਜ਼ੀ ਦੇ ਖਿਲਾਫ ਆ। ਅਗਰ ਤੁਸੀਂ ਹੋ ਤੇ ਇਗਨੋਰ ਕਰੋ, ਨਹੀਂ ਹੋ ਤੇ ਪਤਾ ਕਰੋ ਕੌਣ ਹੈ ਦਰਵਾਜ਼ੇ। ਤੁਸੀਂ ਆਪਣੇ ਘਰ ਸਮਾਰਟ ਸਪੀਕਰ ਨੂੰ ਆਵਾਜ਼ ਦਿਓ, ਮੇਰੇ ਗੇਟ ਦਾ ਲੌਕ ਖੋਲ ਦੇ, ਲੌਕ ਸਮਾਰਟ ਸਪੀਕਰ ਖੋਲੂਗਾ। ਉਸ ਤੋਂ ਬਾਅਦ ਉਹ ਧਿਆਨ ਵੀ ਰੱਖੇਗਾ ਕਿ ਲੌਕ ਦੁਬਾਰਾ ਕਦੋਂ ਲਾਉਣਾ। ਕੋਈ ਬੰਦਾ ਗੈਸਟ ਅੰਦਰ ਆਉਂਦਾ, ਆਣ ਕੇ ਦਰਵਾਜ਼ੇ ਨਾਲ ਦਰਵਾਜ਼ਾ ਜੋ ਜੋੜ ਦਿੰਦਾ ਤੇ ਲੌਕ ਆਪੇ ਆਟੋਮੈਟਿਕਲੀ ਦੁਬਾਰਾ ਲੱਗ ਜਾਣਾ ਕਿ ਤੁਸੀਂ ਆਏ ਸਾਡੀ ਆਪਣੀ ਮਰਜ਼ੀ ਨਾਲ, ਜੇ ਹੁਣ ਜਾਣਾ ਤੁਸੀਂ ਸਾਡੀ ਮਰਜ਼ੀ ਨਾਲ। ਸਕਰੋਲ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਦੀ ਆਖਦੇ ਹਾਂ ਤਾਂ ਤਰਨ ਤਾਰਨ ਸ਼ਹਿਰ ਦੇ ਵਿੱਚ ਪਹੁੰਚੇ ਹਾਂ। ਅਕਸਰ ਹੀ ਚੋਰੀਆਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਨੇ, ਤਾਂ ਪੁਲਿਸ ਦੀ ਸਿਰਦਰਦੀ ਵੀ ਵਧੀ ਆ। ਪਰ ਅੱਜ ਇੱਕ ਐਸੇ ਨੌਜਵਾਨ ਨਾਲ ਮਿਲਾਉਂਦੇ ਹਾਂ ਜਿਹਨੇ ਸਾਫਟਵੇਅਰ ਤਿਆਰ ਕਰ ਦਿੱਤਾ ਹੈ ਕਿ ਚੋਰ ਤੁਹਾਡੀ ਕੰਧ ਨੂੰ ਹੱਥ ਵੀ ਪਾਵੇਗਾ ਤਾਂ ਅਲਾਰਮ ਵੱਜ ਜਾਵੇਗਾ, ਬੈੱਲ ਵੱਜ ਜਾਵੇਗੀ ਫੋਨ ਤੇ, ਜਾਂ ਹੋਰ ਕਈ ਕਿਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਸੇਫਟੀ ਬਣਾ ਦਿੱਤੀ ਆ, ਤਾਂ ਇਹ ਚੋਰੀਆਂ ਨੂੰ ਠੱਲ ਵੀ ਪਾਵੇਗਾ ਸਾਫਟਵੇਅਰ। ਸਾਡੇ ਨਾਲ ਮਨਪ੍ਰੀਤ ਸੰਧੂ ਜੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਵੇਂ ਜਿਹੜਾ ਇਹ ਸਾਫਟਵੇਅਰ ਤਿਆਰ ਕੀਤਾ ਹੈ ਤਾਂ ਕੀ ਇਹਦੀਆਂ ਖੂਬੀਆਂ ਨੇ। ਅਕਸਰ ਹੀ ਅਸੀਂ ਜਦੋਂ ਘਰਾਂ ਤੋਂ ਬਾਹਰ ਜਾਂਦੇ ਹਾਂ ਤਾਂ ਜਾਂ ਦਰਵਾਜ਼ਾ ਖੁੱਲ੍ਹਾ ਰਹਿ ਜਾਂਦਾ ਹੈ ਜਾਂ ਪੱਖੇ ਜਾਂ ਲਾਈਟਾਂ ਚਾਲੂ ਰਹਿ ਜਾਂਦੀਆਂ, ਕਿਵੇਂ ਜਿਹੜਾ ਇਹ ਸਾਫਟਵੇਅਰ ਕੰਮ ਕਰਦਾ ਹੈ ਸਾਰੀ ਗੱਲਬਾਤ ਆਪਾਂ ਕਰਕੇ ਜਾਣਦੇ ਹਾਂ। ਸਕਰੋਲ ਪੰਜਾਬ ਦੇ ਪਹਿਲਾਂ GI ਨੂੰ ਆਖਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਮਨਪ੍ਰੀਤ ਜੀ ਆਪਣੇ ਬਾਰੇ ਦੱਸਿਓ, ਪਹਿਲਾਂ ਆਪਣਾ ਨਾਮ ਪਤਾ, ਫਿਰ ਇਹ ਸਾਫਟਵੇਅਰ ਬਾਰੇ ਦੱਸੋ ਵੀ ਕਿਵੇਂ ਜਿਹੜਾ ਕਿਸ ਤਰ੍ਹਾਂ ਤਿਆਰ ਕੀਤਾ।
ਹਾਂਜੀ, ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ, ਤਰਨ ਤਾਰਨ ਤੋਂ ਬਿਲੋਂਗ ਕਰਦਾ ਹਾਂ। ਔਰ ਜਿਹੜੀ ਤੁਸੀਂ ਸੋਫਟਵੇਅਰ ਦੀ ਗੱਲ ਕਰਦੇ ਜੇ, ਉਹ ਇੱਕ ਪ੍ਰੋਜੈਕਟ ਆ, ਕੁਛ ਜਿੱਦਾਂ ਕਹਿ ਲਓ ਕਿ ਕੁਛ ਮਾਈਕਰੋਚਿਪਸ ਨੂੰ ਲੈ ਕੇ ਤੇ ਕੁਛ ਉਹਦੇ ਸਾਡਾ ਜਿਹੜਾ ਵੈਬ ਸੋਫਟਵੇਅਰ ਕੰਮ ਕਰਦਾ ਹੈ। ਔਰ ਉਹਦਾ ਜਿਹੜਾ ਮੇਨ ਸਾਡਾ ਜਿਹੜਾ ਜਿਹੜਾ ਮੋਟਿਵ ਹੈ ਨਾ ਉਸ ਚੀਜ਼ ਨੂੰ ਬਣਾਉਣ ਦਾ, ਉਹ ਇਹ ਆ ਕਿ ਅਸੀਂ ਆਮ ਲੋਕਾਂ ਦੀ ਜਿੱਦਾਂ ਸਿਕਿਉਰਿਟੀ ਨੂੰ ਲੈ ਕੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਅਸੀਂ ਚਿੰਤਤ ਸਾਂ ਕਿ ਜਿੱਦਾਂ ਆਮ ਹੀ ਚੋਰੀਆਂ ਵੱਧ ਰਹੀਆਂ ਨੇ। ਚਲੋ ਪੁਲਿਸ ਵੀ ਇਹਦੇ ਵਿੱਚ ਕਾਫੀ ਹੈਲਪ ਕਰਦੀ ਹੈ, ਬਟ ਜਦੋਂ ਚੋਰੀ ਹੋ ਹੀ ਜਾਂਦੀ ਆ ਫਿਰ ਕਈ ਹੱਦ ਤੱਕ ਹੀ ਹੁੰਦਾ ਵਾ, ਚੋਰ ਲੱਭਦਾ ਹੀ ਨਹੀਂ। ਸਾਡੇ ਕੋਲ ਸੀਸੀਟੀਵੀ ਲੱਗੇ ਹੁੰਦੇ ਆ, ਕੈਮਰਾਜ਼ ਲੱਗੇ ਹੁੰਦੇ ਆ, ਪਰ ਸਾਡੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ ਕਿ 24 ਘੰਟੇ ਆਪਾਂ ਉਹਨਾਂ ਨੂੰ ਵੇਖੀ ਜਾਈਏ। ਜੇ ਵੇਖੀ ਜਾਵਾਂਗੇ ਤਾਂ ਹੀ ਚੋਰੀ ਨੂੰ ਰੋਕ ਸਕਾਂਗੇ। ਸੋ ਜਦੋਂ ਆਪਾਂ ਸੌਂਦੇ ਆ ਜਾਂ ਜਦੋਂ ਆਪਾਂ ਕੋਈ ਕੰਮ ਕਰ ਰਹੇ ਹੁੰਦੇ ਆ, ਜਾਂ ਲੇਡੀਜ਼ ਜਦੋਂ ਕਿਚਨ ਚ ਕੰਮ ਕਰ ਰਹੇ ਹੁੰਦੇ ਆ, ਉਦੋਂ ਆਪਾਂ ਕੈਮਰੇ ਨਹੀਂ ਵੇਖ ਸਕਦੇ। ਤੇ ਉਸ ਟਾਈਮ ਜਿਹੜੇ ਸਿਕਿਉਰਿਟੀ ਸਿਸਟਮ ਕੰਮ ਕਰਦੇ, ਸਿਕਿਉਰਿਟੀ ਸਿਸਟਮ ਦੇ ਵਿੱਚ ਅਸੀਂ ਕੀ ਪ੍ਰੋਵਾਈਡ ਕਰਦੇ ਹਾਂ ਕਿ ਤੁਹਾਡੀ ਜਿਹੜੀ ਘਰ ਦੀ ਚਾਰ ਦੀਵਾਰੀ ਆ, ਤੁਹਾਡੀ ਘਰ ਦੀ ਛੱਤ ਹੋਵੇ, ਜਾਂ ਜੇ ਤੁਸੀਂ ਬਾਉਂਡਰੀ ਵਾਲ ਵਾਲਾ ਘਰ ਹੈ ਤੁਹਾਡਾ ਜਾਂ ਚਾਰ ਦੀਵਾਰੀ ਆ, ਉਹਨੂੰ ਅਸੀਂ ਸੈਂਸਰ ਨਾਲ ਕਵਰ ਕਰ ਦੇਣਾ। ਸੋ ਜਿਹੜਾ ਬੰਦਾ ਵੀ ਕੋਈ ਤੁਹਾਡੀ ਕੋਈ ਕੰਧ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਜਾਂ ਕੰਧ ਦੇ ਉੱਤੇ ਟੱਪਣ ਦੀ ਕੋਸ਼ਿਸ਼ ਕਰਦਾ ਵਾ, ਜਾਂ ਈਵਨ ਕੰਧ ਦੇ ਉੱਤੇ ਹੱਥ ਵੀ ਰੱਖ ਦਿੰਦਾ ਵਾ, ਤੇ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬੈਲ ਵੱਜੂ। ਸੋ ਅਲਾਰਮ ਵੱਜੇਗਾ ਜੇ ਤੁਸੀਂ ਘਰ ਦੇ ਵਿੱਚ, ਜੇ ਤੁਸੀਂ ਅਲਾਰਮ ਸੁਣ ਕੇ ਤੁਸੀਂ ਸੁਚੇਤ ਹੋ ਜਾਓਗੇ, ਕੋਈ ਬੰਦਾ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਕੈਮਰਾ ਵੇਖੋਗੇ, ਅਗਰ ਕੋਈ ਤੁਹਾਨੂੰ ਸਿਚੁਏਸ਼ਨ ਖਤਰੇ ਵਾਲੀ ਲੱਗਦੀ, ਤੁਸੀਂ ਆਂਢ ਗੁਆਂਢ ਬੁਲਾ ਸਕਦੇ ਜੇ, ਫੋਨ ਤੇ ਆਪਣੇ ਲਈ ਮਦਦ ਬੁਲਾ ਸਕਦੇ ਜੇ। ਬਹੁਤ ਸਾਰੇ ਰਸਤੇ ਆ ਜਦੋਂ ਚੋਰ ਦੇ ਐਂਟਰ ਕਰਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਜੇ, ਬੜੇ ਕੰਮ ਹੋ ਸਕਦੇ। ਪਰ ਜੇ ਤੁਸੀਂ ਮੰਨ ਲਓ ਘਰ ਦੇ ਵਿੱਚ ਹੀ ਨਹੀਂ ਜੇ, ਤੁਸੀਂ ਕਈ ਵਾਰੀ ਕੀ ਹੁੰਦਾ ਵਾ, ਕਈ ਸਾਡੇ ਵੀਰ ਜਿਹੜੇ NRIs ਨੇ, ਉਹਨਾਂ ਦੀਆਂ ਕੋਠੀਆਂ ਇੱਥੇ ਹੁੰਦੀਆਂ, ਘਰ ਦੇ ਸਮਾਨ ਤੇ ਮਹਿੰਗਾ ਮਹਿੰਗਾ ਉਵੇਂ ਪਿਆ ਹੁੰਦਾ ਵਾ। ਸੋ ਘਰ 'ਚ ਤਾਲੇ ਲੱਗਿਆਂ ਨੂੰ ਵੇਖ ਕੇ ਕਈ ਵਾਰੀ ਕਿ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਬਹੁਤ ਵੱਧ ਜਾਂਦੀਆਂ, ਕਿ ਇਸ ਘਰ 'ਚ ਕੋਈ ਰਹਿੰਦਾ ਨਹੀਂ ਆ, ਸੋ ਚੋਰੀ ਜਿਹੜੀ ਆਮ ਹੀ ਹੋਈ। ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਕੀ ਹੁੰਦਾ ਵਾ ਕਿ ਬਾਹਰਲੇ ਦੇਸ਼ਾਂ 'ਚ ਵੀ ਤੇ ਆਖਰ ਰਾਤ ਪੈਂਦੀ ਆ, ਉਹ ਲੋਕ ਸੌਂਦੇ ਹੀ ਆ, ਜਦੋਂ ਉਹ ਸੌਂ ਰਹੇ ਹੁੰਦੇ ਆ ਉਦੋਂ ਇੱਧਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਕਰ ਦਿੱਤਾ ਜਾਂਦਾ। ਸੋ ਇਸ ਚੀਜ਼ ਨੂੰ ਬਚਾਉਣ ਲਈ ਜਿਹੜਾ ਸਾਡਾ ਸਿਸਟਮ ਹੈ ਸਾਡਾ, ਉਹ ਜਦੋਂ ਕੋਈ ਚੋਰ ਤੁਹਾਡੀ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰੇਗਾ, ਘਰ 'ਚ ਅਲਾਰਮ ਤੇ ਵੱਜੇਗਾ ਹੀ ਵੱਜੇਗਾ, ਉਹ ਚਾਹੋ ਤੁਸੀਂ ਤੇ ਤੁਸੀਂ ਆਪਣੇ ਫੋਨ ਦੇ ਉੱਤੇ, ਤੁਹਾਡੇ ਕਾਲ ਵੀ ਆਏਗੀ, ਤੁਹਾਡੇ ਫੋਨ ਤੇ ਕਾਲ ਆਏਗੀ ਬਕਾਇਦਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਮਤਲਬ ਇੰਟਰੂਡਰ, ਕੋਈ ਤੁਹਾਡੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਤੁਹਾਡੇ ਘਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਗਲਤ ਅਨਸਰ ਆ। ਤੁਸੀਂ ਆਪਣੇ ਫੋਰਨ ਕੰਟਰੀ 'ਚ ਬੈਠੇ ਹੀ ਤੁਸੀਂ ਆਪਣੇ ਘਰ ਦੇ ਆਂਢ ਗੁਆਂਢ ਫੋਨ ਕਰਕੇ, ਜਾਂ ਆਪਣੇ ਕਿਸੇ ਨੀਅਰ ਐਂਡ ਡੀਅਰ ਰਿਸ਼ਤੇਦਾਰ ਨੂੰ, ਜਾਂ ਈਵਨ ਪੁਲਿਸ ਨੂੰ ਫੋਨ ਕਰਕੇ ਇਨਫੋਰਮ ਕਰ ਸਕਦੇ ਕਿ ਸਾਡੇ ਘਰ ਦੇ ਵਿੱਚ ਕੋਈ ਬੰਦਾ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਰ ਜਿਵੇਂ ਗਾੜੀ ਹੁਣ ਧੁੰਦਾ ਪੈਣੀਆਂ ਨੇ, ਜਾਂ ਇਹਨੂੰ ਕੋਈ ਬਰਸਾਤ ਦਾ ਡਰ ਸਾਫਟਵੇਅਰ ਨੂੰ, ਜਾਂ ਚੋਰਾਂ ਕੋਲੋਂ ਨਵੇਂ ਨਵੇਂ ਤਰੀਕੇ ਆ, ਤੇ ਕੀ ਇਹਨੂੰ ਉਹ ਚੋਰੀ ਸੌਖੀ ਕਰਨ ਵਾਸਤੇ ਕੋਈ ਇਹਦਾ ਹੱਲ ਕਰ ਸਕਦਾ ਹੈ, ਜਿਸ ਤਰ੍ਹਾਂ ਕਿ ਇਹ ਵੱਜੇ ਨਾ ਜਾਂ ਅਲਾਰਮ ਆਵੇ ਨਾ? ਦੇਖੋ ਜੀ, ਸੋਫਟਵੇਅਰ ਨੂੰ ਤੇ ਚਲੋ ਬਰਸਾਤ ਜਾਂ ਕੋਈ ਵੀ ਵੈਦਰ ਕੰਡੀਸ਼ਨ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹ ਤੇ ਉਹਦੀ ਤੇ ਕੋਈ ਬਾਡੀ ਨਹੀਂ ਹੁੰਦੀ, ਉਹ ਤੇ ਕਲਾਉਡ ਸੋਫਟਵੇਅਰ ਹੈ। ਬਾਕੀ ਰਹੀ ਗੱਲ ਸੈਂਸਰ ਦੀ, ਜਿਹਨੇ ਸਿਗਨਲ ਭੇਜਣਾ ਸੋਫਟਵੇਅਰ ਨੂੰ, ਇਸ ਤਰ੍ਹਾਂ ਦੇ ਸੈਂਸਰ ਪ੍ਰੋਵਾਈਡ ਕਰੀਦੇ ਆ ਜੀ, ਜੇ ਕੋਈ ਸੈਂਸਰ ਨੂੰ ਤੋੜਦਾ ਤਾਂ ਵੀ ਅਲਾਰਮ ਹੀ, ਤਾਂ ਵੀ ਤੁਹਾਨੂੰ ਪਤਾ ਲੱਗੇਗਾ ਸੈਂਸਰ ਤੋੜਤਾ ਕਿਸੇ ਨੇ। ਜੇ ਕੋਈ ਬੰਦਾ ਤੁਹਾਡੇ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਵਾ, ਉਹਨੂੰ ਪਤਾ ਕਿ ਸੈਂਸਰ ਨੂੰ ਸਪਲਾਈ ਕਿੱਥੋਂ ਜਾ ਰਹੀ ਹੈ, ਸੈਂਸਰ ਨੂੰ ਹੋਰ ਕਿਹੜੇ ਤਰੀਕੇ ਨਾਲ ਡੈਮੇਜ ਕਰ ਸਕਦੇ ਆ, ਅਗਰ ਸੈਂਸਰ ਦੀ ਪਾਵਰ ਕੱਟੀ ਗਈ ਤਾਂ ਵੀ ਤੁਹਾਨੂੰ ਬੈਲ ਵੱਜਣੀ ਹੈ, ਤਾਂ ਵੀ ਤੁਹਾਡੇ ਫੋਨ ਤੇ ਕਾਲ ਆ ਜਾਣੀ ਹੈ, ਠੀਕ ਹੈ ਜੀ। ਅਗਰ ਬਾਰਿਸ਼ ਹੋ ਰਹੀ ਹੈ ਸੈਂਸਰ ਨੇ ਤਾਂ ਵੀ ਕੰਮ ਕਰਨਾ, ਧੁੰਦ ਪਈ ਹੈ ਸੰਘਣੀ ਤਾਂ ਵੀ ਸੈਂਸਰ ਨੇ ਕੰਮ ਕਰਨਾ, ਅਗਰ ਪੂਰਾ ਹਨੇਰਾ ਆ ਕੋਈ ਲਾਈਟ ਨਹੀਂ ਜਗਦੀ ਪਈ ਤਾਂ ਵੀ ਸੈਂਸਰ ਨੇ ਕੰਮ ਕਰਨਾ। ਸੈਂਸਰ ਜਿਹੜਾ ਵਾ ਉਹ ਸਾਡੀ ਜਿਹੜੀ ਆ ਆਮ ਅੱਖਾਂ ਵਾਂਗੂ ਵਰਕ ਨਹੀਂ ਕਰਦਾ ਕਿ ਸਾਨੂੰ ਦੇਖ ਰਿਹਾ ਵਾ ਤੇ ਤਾਂ ਹੀ ਚੋਰ ਸਾਹਮਣੇ ਆ, ਸੈਂਸਰ ਨੇ ਜਿਹੜਾ ਵਾ ਅਲੱਗ ਤਰੀਕੇ ਨਾਲ ਸੈਂਸ ਕਰਨਾ ਕਿ ਕੋਈ ਬੰਦਾ ਕੰਧ ਉੱਤੇ ਚੜਿਆ ਜਾਂ ਨਹੀਂ ਚੜਿਆ। ਔਰ ਈਵਨ
ਉਹ ਇਹਦੇ ਵਿੱਚ ਫਰਕ ਹੀ ਕੱਢੂਗਾ ਕਿ ਕੰਧ ਦੇ ਉੱਤੇ ਜਾਨਵਰ ਆ, ਬਿੱਲੀ ਕੁੱਤਾ ਆ ਜਾਂ ਇਨਸਾਨ ਆ। ਸਿਰਫ ਇਨਸਾਨ ਦੇ ਹੀ ਕੰਧ ਦੇ ਉੱਤੇ ਚੜ੍ਹਨ ਦੇ ਉੱਤੇ ਬੈਲ ਵੱਜੂਗੀ, ਬਿੱਲੀ ਕੁੱਤੇ ਜਾਂ ਚੂਹੇ ਦੇ ਚੜ੍ਹਨ ਦੇ ਨਾਲ ਕੋਈ ਬੈਲ ਨਹੀਂ ਵੱਜੂ। ਸਰ ਜਿਵੇਂ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਜਾਂ ਜੇ ਆਪਾਂ ਡਬਲ ਮੰਜ਼ਲੀ ਬਿਲਡਿੰਗ ਆ ਤਾਂ ਉਧਰਲੀਆਂ ਲਾਈਟਾਂ ਚਾਲੂ ਰਹਿ ਜਾਂਦੀਆਂ, ਥੱਲੇ ਆ ਕੇ ਚੇਤਾ ਆਉਂਦਾ ਹੈ, ਜਾਂ ਦਰਵਾਜ਼ਾ ਖੁੱਲ੍ਹਾ ਰਹਿ ਜਾਂਦਾ ਹੈ, ਜਾਂ ਟੂਟੀ ਰਹਿ ਜਾਂਦੀ ਹੈ, ਇਹਦੇ ਬਾਰੇ ਵੀ ਜ਼ਰੂਰ ਦੱਸੇਗੀ। ਦੇਖੋ ਇਹਦੇ ਵਿੱਚ ਜਿਵੇਂ ਜਿਵੇਂ ਟੈਕਨੋਲੋਜੀ ਤੁਸੀਂ ਵੇਖ ਰਹੇ ਹੋ ਤਰੱਕੀ ਕਰ ਰਹੀ ਆ, ਹਰ ਇੱਕ ਚੀਜ਼ ਜਿਹੜੀ ਆ ਸਮਾਰਟ ਹੋ ਰਹੀ ਆ। ਅਸੀਂ ਟੀਵੀ ਸਮਾਰਟ ਯੂਜ ਕਰਦੇ ਹਾਂ ਘਰਾਂ ਦੇ ਵਿੱਚ, ਸਾਡੇ ਕੋਲ ਫੋਨ ਸਮਾਰਟ ਨੇ, ਈਵਨ ਕਿ ਸਾਡੀਆਂ ਹੁਣ ਅੱਜ ਕੱਲ੍ਹ ਫਰਿੱਜਾਂ ਸਮਾਰਟ ਆ ਰਹੀਆਂ ਨੇ ਮਾਰਕੀਟ ਦੇ ਵਿੱਚ, ਤੁਸੀਂ ਵੇਖਿਆ ਹੋਣਾ ਏਸੀ ਸਮਾਰਟ ਆ ਰਹੇ ਨੇ, ਵਾਈਫਾਈ ਨਾਲ ਕਨੈਕਟ ਹੋ ਜਾਂਦੇ ਨੇ। ਪਰ ਜਿਨ੍ਹਾਂ ਦੇ ਕੋਲ ਪੁਰਾਣਾ ਸਮਾਨ ਪਿਆ ਉਹ ਹੁਣ ਵੇਚ ਕੇ ਦੁਬਾਰਾ ਨਵਾਂ ਤੇ ਲਿਆ ਨਹੀਂ ਸਕਦੇ ਕਿਉਂਕਿ ਚੀਜ਼ਾਂ ਦੀ ਕੋਸਟ ਵੀ ਕਾਫੀ। ਸੋ ਜਿਹੜੀਆਂ ਤੁਹਾਡੇ ਕੋਲ ਪਹਿਲੀਆਂ ਚੀਜ਼ਾਂ ਪਈਆਂ, ਕੋਈ ਤੁਹਾਡੇ ਕੋਲ ਪੱਖਾ, ਫਰਿੱਜ, ਟੀਵੀ, ਏਸੀ, ਕੂਲਰ ਜਾਂ ਕਮਰੇ ਜਿਹੜਾ ਬਾਥਰੂਮ 'ਚ ਗੀਜ਼ਰ ਵੀ ਲੱਗਾ ਹੈ, ਤਾਂ ਅਸੀਂ ਉਹਨੂੰ ਵੀ ਸਮਾਰਟ ਕਰ ਦਿੰਦੇ ਹਾਂ। ਤੁਸੀਂ ਚਾਹੋ ਆਪਣੇ ਫੋਨ ਤੋਂ ਉਸ ਡਿਵਾਈਸ ਨੂੰ, ਉਸ ਜਿਹੜਾ ਤੁਹਾਡਾ ਇਲੈਕਟ੍ਰੋਨਿਕ ਚੀਜ਼ ਹੈ ਜਿਹੜੀ, ਉਹਨੂੰ ਤੁਸੀਂ ਬੰਦ ਕਰ ਸਕਦੇ ਜੇ, ਤੁਸੀਂ ਆਪਣੇ ਫੋਨ ਤੋਂ ਚਾਲੂ ਕਰ ਸਕਦੇ ਜੇ। ਈਵਨ ਤੁਸੀਂ ਜੇ ਮੰਨ ਲਓ ਘਰੋਂ ਤੁਸੀਂ ਕਾਹਲੀ ਕਾਹਲੀ ਚਲ ਗਏ, ਤੁਹਾਨੂੰ ਯਾਦ ਭੁੱਲ ਗਿਆ ਕੀ ਚਾਲੂ ਛੱਡ ਕੇ ਆਇਆ ਕੀ ਬੰਦ ਕਰਕੇ ਆਇਆ, ਤੁਸੀਂ ਆਪਣੇ ਫੋਨ ਤੇ ਵੀ ਵੇਖ ਸਕਦੇ ਜੇ ਕਿ ਕਿਹੜੀਆਂ ਚੀਜ਼ਾਂ ਬੰਦ ਹੈ, ਕਿਹੜੀਆਂ ਚੀਜ਼ਾਂ ਚਾਲੂ ਆ, ਤਾਂ ਜੋ ਜ਼ਰੂਰੀ ਚੀਜ਼ਾਂ ਨੂੰ ਚਾਲੂ ਰਹਿਣ ਦਿੱਤਾ ਜਾਵੇ ਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਬੰਦ ਕਰਕੇ ਬਿਜਲੀ ਬਚਾਈ ਜਾ ਸਕੇ। ਸੋ ਇਹਦੇ ਵਿੱਚ ਦੋ ਤਰੀਕੇ ਨੇ, ਇੱਕ ਤਾਂ ਤੁਸੀਂ ਡਾਇਰੈਕਟ ਫੋਨ ਤੋਂ, ਜਿਵੇਂ ਕਿ ਸਾਡਾ ਸਮਾਰਟ ਫੋਨ ਸਾਡੇ ਕੋਲ ਹੀ ਹੁੰਦਾ, ਇਹ ਬਹੁਤ ਸਮਾਰਟ ਹੈ, ਇਹ ਤੋਂ ਤੁਸੀਂ ਕੰਮ ਕਰ ਸਕਦੇ। ਦੂਸਰਾ ਨੰਬਰ ਇਹ ਆ ਕਿ ਤੁਸੀਂ, ਤੁਹਾਨੂੰ ਇੱਕ ਸਮਾਰਟ ਸਪੀਕਰ ਦੇਵਾਂਗੇ, ਤੁਸੀਂ ਉਹਨੂੰ ਆਵਾਜ਼ ਦੇ ਕੇ ਵੀ ਕੰਮ ਕਰ ਸਕਦੇ। ਇਹ ਸਮਾਰਟ ਸਪੀਕਰ ਜਿਹੜਾ ਸਭ ਕੁਝ ਕਰਦਾ ਹੈ ਕਿ ਜਾਂ ਸੋਫਟਵੇਅਰ ਕਰਦਾ ਹੈ? ਜਿਹੜਾ ਇਹਦੇ ਵਿੱਚ ਮੇਨ ਰੋਲ ਆ ਉਹ ਹੈਗਾ ਸੋਫਟਵੇਅਰ ਦਾ। ਸੋਫਟਵੇਅਰ ਨੂੰ ਜਦੋਂ ਕਮਾਂਡ ਜਾਂਦੀ ਹੈ, ਵਰਕ ਉਦੋਂ ਹੀ ਹੋਣਾ ਜਿਹੜੇ ਤੁਹਾਡੇ ਸਵਿੱਚ ਆ, ਜਿਹੜੇ ਤੁਹਾਡੇ ਮੈਨੂਅਲ ਸਵਿੱਚ ਆ, ਉਹਨਾਂ ਨੂੰ ਅਸੀਂ ਮਾਈਕਰੋਚਿਪ ਨਾਲ ਅਸੈਸ ਕਰ ਦੇਣਾ ਕਿ ਸੋਫਟਵੇਅਰ ਜਦੋਂ ਕਮਾਂਡ ਦੇਵੇ ਉਹ ਤੁਹਾਡੇ ਸਵਿੱਚ ਨੂੰ ਆਟੋਮੈਟਿਕ ਅਪਰੇਟ ਕਰਨ। ਠੀਕ ਹੈ ਜੀ। ਬਾਕੀ ਜਿਹੜੀ ਸਮਾਰਟ ਸਪੀਕਰ ਦਾ ਕੰਮ ਹੈ, ਸਮਾਰਟ ਸਪੀਕਰ ਨੇ ਸਿਰਫ ਇੰਨਾ ਹੀ ਕੰਮ ਕਰਨਾ ਕਿ ਤੁਹਾਡੀ ਆਵਾਜ਼ ਨੂੰ ਪਛਾਣ ਕੇ ਸੋਫਟਵੇਅਰ ਨੂੰ ਕਮਾਂਡ ਦੇ ਦੇਣੀ ਆ ਕਿ ਬੰਦਾ ਇਹ ਚਾਹ ਰਿਹਾ। ਮੰਨ ਲਓ ਹੁਣ ਮੈਂ ਸਾਡੇ ਘਰ ਦੇ ਵਿੱਚ ਫੈਨ ਲੱਗਾ ਹੈ, ਤੇ ਮੈਂ ਕਹਿਣਾ ਮੈਂ ਚਾਹਾਂ ਕਿ ਉਹ ਫੈਨ ਬੰਦ ਹੋ ਜਾਏ, ਤੇ ਮੈਂ ਸਿਰਫ ਸਮਾਰਟ ਸਪੀਕਰ ਨੇ ਇਹੀ ਕਹਿਣਾ ਕਿ ਫੈਨ ਆਫ ਕਰ ਦੇ। ਸਮਾਰਟ ਸਪੀਕਰ ਨੂੰ ਪਤਾ ਕਿ ਫੈਨ ਮੈਂ ਕਿਹੜੀ ਚੀਜ਼ ਦਾ ਨਾਮ ਰੱਖਿਆ, ਉਹਨੇ ਸੋਫਟਵੇਅਰ ਨੂੰ ਕਮਾਂਡ ਦੇਣੀ ਹੈ। ਸੋਫਟਵੇਅਰ ਨੇ ਵੇਖਣਾ ਕਿ ਫੈਨ ਕਿਹੜੇ ਸਵਿੱਚ ਦਾ ਨਾਮ ਹੈ, ਉਹਨੇ ਉਸੇ ਸਵਿੱਚ ਨੂੰ ਆਫ ਜਾਂ ਆਨ ਕਰ ਦੇਣਾ। ਠੀਕ ਹੈ ਜੀ। ਇਹਦੇ ਵਿੱਚ ਸਮਾਰਟ ਸਪੀਕਰ ਦਾ ਕੰਮ ਸਿਰਫ ਇਹਨਾਂ ਕਿ ਤੁਹਾਡੀ ਆਵਾਜ਼ ਨੂੰ ਸਾਡੇ ਸੋਫਟਵੇਅਰ ਤੱਕ ਲੈ ਕੇ ਜਾਣਾ। ਇਸ ਤੋਂ ਇਲਾਵਾ ਤੁਸੀਂ ਸਮਾਰਟ ਸਪੀਕਰ ਦੀ ਬਿਜਲੀ ਕੱਢ ਦੋਗੇ ਜਾਂ ਸਮਾਰਟ ਸਪੀਕਰ ਨਹੀਂ ਲਗਾਓਗੇ, ਸੋਫਟਵੇਅਰ ਤਾਂ ਵੀ ਕੰਮ ਕਰੇਗਾ, ਤੁਹਾਡੇ ਫੋਨ ਚੋਂ ਕੰਮ ਕਰੇਗਾ। ਇੱਕ ਜੀ ਸੰਧੂ ਸਾਹਿਬ ਵੀ ਪੁੱਛਣਾ ਚਾਹਾਂਗਾ, ਜਿਵੇਂ ਦਰਵਾਜ਼ਾ ਹੈ, ਦਰਵਾਜ਼ੇ ਦਾ ਲੌਕ ਘੁੰਮਦਾ ਹੈ, ਉਹ ਕਿਵੇਂ ਘੁਮਾਏਗਾ ਫਿਰ ਲੌਕ, ਜਾਂ ਕਿਵੇਂ ਦਰਵਾਜ਼ਾ ਲੌਕ ਲੱਗੇਗਾ? ਇਹਦੇ ਵਿੱਚ ਜੀ ਤੀਸਰੀ ਜਿਹੜੀ ਆਈਟਮ ਤੁਸੀਂ ਹੁਣ ਗੱਲ ਕਰਦੇ ਪਏ ਹੋ, ਇਹ ਆ ਸਮਾਰਟ ਲੌਕਾਂ ਦੀ। ਜਿਹੜੇ ਆਮ ਆਪਣੇ ਘਰਾਂ 'ਚ ਲੌਕ ਹੁੰਦੇ ਆ, ਇਹ ਤੇ ਚਾਬੀ ਦੇ ਘੁਮਾਏ ਘੁੰਮਦੇ ਆ। ਠੀਕ ਹੈ ਜੀ। ਹੁਣ ਮੰਨ ਲਓ ਤੁਹਾਡੇ ਘਰ ਦੇ ਲੌਕ ਦੀ ਚਾਬੀ ਕੋਈ ਡੁਪਲੀਕੇਟ ਬਣਾ ਕੇ ਲੈ ਗਿਆ, ਜਾਂ ਫਿਰ ਤੁਹਾਡੇ ਘਰ ਦੇ ਜੋ ਚਾਬੀਆਂ ਹੀ ਕੋਈ ਓਰਿਜਨਲੀ ਚੁੱਕ ਕੇ ਲੈ ਗਿਆ, ਤੁਸੀਂ ਰਾਤ ਨੂੰ ਸੁੱਤੇ ਜੇ ਤੁਹਾਡੀ ਚਾਬੀ ਨਾਲ ਲੌਕ ਖੋਲ ਕੇ ਕੋਈ ਬੰਦਾ ਐਂਟਰ ਕਰ ਗਿਆ। ਹੁਣ ਵੇਖੋ ਤੁਸੀਂ ਡਿਫੈਂਸ ਜ਼ਰੂਰ ਲਾਈਏ ਚਾਰੇ ਦੀਵਾਰੀ ਕੰਧਾਂ ਦੇ ਉੱਤੇ, ਪਰ ਉਹ ਦਰਵਾਜ਼ਾ ਖੋਲਣ ਵਾਲਾ ਬੰਦਾ ਤਾਂ ਮਾਲਕ ਹੀ ਹੋਇਆ ਨਾ, ਸੋ ਡਿਫੈਂਸ ਨੇ ਉੱਥੇ ਵਰਕ ਨਹੀਂ ਕਰਨਾ। ਉਸ ਥਾਂ ਤੇ ਅਸੀਂ ਕੀ ਕਰਦੇ ਹਾਂ, ਤੁਹਾਡੇ ਜਿਹੜੇ ਲੌਕ ਆ ਉਹ ਵੀ ਸਮਾਰਟ ਕਰ ਦਿੰਦੇ ਹਾਂ। ਤੁਹਾਡੇ ਲੌਕ ਦੇ ਵਿੱਚ, ਤੁਹਾਡੀ ਆਵਾਜ਼ ਨਾਲ ਖੁੱਲਣ ਵਾਲੇ ਲੌਕ ਦੇ ਵਿੱਚ ਜਦੋਂ ਕੋਈ ਚਾਬੀ ਲਗਾਊਗਾ, ਤੇ ਸੋਫਟਵੇਅਰ ਜਿਹੜਾ ਵਾ ਤੁਹਾਡੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਭੇਜੂਗਾ ਬਕਾਇਦਾ ਕਿ ਤੁਹਾਡੇ ਦਰਵਾਜ਼ੇ ਵਿੱਚ ਕੋਈ ਬਾਹਰੋਂ ਚਾਬੀ ਲਾ ਕੇ ਖੋਲਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਕਿ ਤੁਹਾਡੀ ਮਰਜ਼ੀ ਦੇ ਖਿਲਾਫ ਆ। ਅਗਰ ਤੁਸੀਂ ਹੋ ਤੇ ਇਗਨੋਰ ਕਰੋ, ਨਹੀਂ ਹੋ ਤੇ ਪਤਾ ਕਰੋ ਕੌਣ ਹੈ ਦਰਵਾਜ਼ੇ ਲੱਗੇ। ਸੋ ਜਿਹੜਾ ਲੌਕ ਹੈ ਸਮਾਰਟ, ਉਹ ਸਮਾਰਟ ਇਸੇ ਕਰਕੇ ਹੀ ਗਿਣਿਆ ਜਾਂਦਾ, ਇੱਕ ਤਾਂ ਉਹ ਸਮਾਰਟ ਸਪੀਕਰ ਨਾਲ ਇੰਟੀਗ੍ਰੇਟ ਹੋ ਕੇ ਕੰਮ ਕਰੂਗਾ। ਤੁਸੀਂ ਆਪਣੇ ਘਰ ਸਮਾਰਟ ਸਪੀਕਰ ਨੂੰ ਆਵਾਜ਼ ਦਿਓ ਕਿ ਮੇਰੇ ਗੇਟ ਦਾ ਲੌਕ ਖੋਲ ਦੇ,
ਲੌਕ ਸਮਾਰਟ ਸਪੀਕਰ ਖੋਲੂਗਾ, ਇਲੈਕਟ੍ਰੋਨਿਕਲੀ ਉਹ ਘੁੰਮੂਗਾ ਔਰ ਆਪੇ ਚਾਬੀ ਘੁੰਮ ਕੇ ਲੌਕ ਖੋਲ ਜੂਗਾ। ਉਸ ਤੋਂ ਬਾਅਦ ਉਹ ਧਿਆਨ ਵੀ ਰੱਖੇਗਾ ਕਿ ਲੌਕ ਦੁਬਾਰਾ ਕਦੋਂ ਲਾਉਣਾ। ਅਗਰ 15 ਸੈਕਿੰਡ ਜਾਂ 17 ਸੈਕਿੰਡ ਉਹ ਜਿਹੜਾ ਤੁਹਾਡਾ ਦਰਵਾਜ਼ਾ ਖੁੱਲਾ ਰਹੇ ਹੁੰਦਾ, ਜਾਂ ਈਵਨ ਆਪਾਂ ਟਾਈਮ ਸੈੱਟ ਕਰਨਾ ਵਾ ਕਿ 1 ਮਿੰਟ ਰੱਖਣਾ ਚਾਹੁੰਦੇ, 2 ਮਿੰਟ ਰੱਖਣਾ ਚਾਹੁੰਦੇ, ਦਿੱਤੇ ਹੋਏ ਟਾਈਮ ਤੋਂ ਬਾਅਦ ਦਰਵਾਜ਼ਾ ਖੁੱਲਾ ਰਹਿ ਜਾਂਦਾ, ਤੁਹਾਡੇ ਫੋਨ ਤੇ ਤਾਂ ਵੀ ਨੋਟੀਫਿਕੇਸ਼ਨ ਆਏਗਾ ਕਿ ਤੁਹਾਡਾ ਦਰਵਾਜ਼ਾ ਕੋਈ ਖੁੱਲਾ ਛੱਡ ਗਿਆ ਵਾ, ਉਹਨੂੰ ਬੰਦ ਕਰਕੇ ਆਓ। ਅਗਰ ਤੁਸੀਂ ਉਹਨੂੰ ਬੰਦ ਕਰਦੇ, ਜੇ ਜਦੋਂ ਵੀ ਤੁਸੀਂ ਕੋਈ ਬੰਦਾ ਗੈਸਟ ਅੰਦਰ ਆਉਂਦਾ, ਆਣ ਕੇ ਦਰਵਾਜ਼ੇ ਨਾਲ ਦਰਵਾਜ਼ਾ ਜੋ ਜੋੜ ਦਿੰਦਾ, ਤੇ ਲੌਕ ਆਪੇ ਆਟੋਮੈਟਿਕਲੀ ਦੁਬਾਰਾ ਲੱਗ ਜਾਣਾ ਕਿ ਤੁਸੀਂ ਆਏ ਸਾਡੀ ਆਪਣੀ ਮਰਜ਼ੀ ਨਾਲ, ਜੇ ਹੁਣ ਜਾਣਾ ਤੁਸੀਂ ਸਾਡੀ ਮਰਜ਼ੀ ਨਾਲ, ਤੁਸੀਂ ਦੁਬਾਰਾ ਉਹਨੂੰ ਆਵਾਜ਼ ਦਿਓਗੇ ਲੌਕ ਨੂੰ ਤੇ ਲੌਕ ਖੁੱਲੇਗਾ, ਬੰਦਾ ਬਾਹਰ ਜਾਏਗਾ। ਤਾਂ ਇਹਦੇ ਵਿੱਚ ਜਿਸ ਤਰ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ, ਇਕੱਲੀਆਂ ਔਰਤਾਂ ਹੁੰਦੀਆਂ ਨੇ, ਉਹ ਕਿਵੇਂ ਸੇਫ ਹੋ ਸਕਦੇ ਨੇ? ਜਿਵੇਂ ਉੱਪਰਲੀਆਂ ਲਾਈਟਾਂ ਹੀ ਮੰਨ ਲਓ ਆਪਾਂ ਚਾਲੂ ਰਹਿ ਗਈਆਂ ਤੇ ਥੱਲੇ ਆ ਗਈਆਂ, ਉਹ ਕਿਵੇਂ ਬੰਦ ਕਰਨੀਆਂ? ਦੇਖੋ ਇਹਦੇ ਚ ਮੈਂ ਤੁਹਾਨੂੰ 2-3 ਸਿਨੈਰੀਓ ਦੱਸ ਦਿੰਦਾ ਵਾਂ ਕਿ ਇੱਕ ਤਾਂ ਸਭ ਤੋਂ ਜਿਹੜੀ ਅੱਜ ਕੱਲ ਆਮ ਆਪਾਂ ਚੀਜ਼ ਵੇਨੇ ਆ, ਘਰ ਦੇ ਵਿੱਚ ਦੋਵੇਂ ਜੀ ਵਰਕਿੰਗ ਹੁੰਦੇ ਆ, ਮਾਂ ਬਾਪ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ, ਔਰ ਉਹ ਘਰ ਦੇ ਵਿੱਚ ਇਕੱਲੇ ਰਹਿੰਦੇ ਸਾਰਾ ਸਾਰਾ ਦਿਨ। ਕਈ ਵਾਰੀ ਚੋਰ ਇਸ ਚੀਜ਼ ਦਾ ਫਾਇਦਾ ਚੁੱਕ ਕੇ ਕੀ ਕਰਦੇ ਆ ਕਿ ਘਰ ਦੇ ਵਿੱਚ ਇਕੱਲੇ ਬਜ਼ੁਰਗਾਂ ਨੂੰ ਟਾਰਗੇਟ ਕਰ ਲੈਂਦੇ ਆ, ਉਹਨਾਂ ਨੂੰ ਬੰਦੀ ਬਣਾ ਕੇ ਤੇ ਆਰਾਮ ਨਾਲ ਘਰ ਲੁੱਟ ਕੇ ਜਾਂਦੇ ਆ। ਸੋ ਇਸ ਥਾਂ ਦੇ ਉੱਤੇ ਜਿਹੜਾ ਇਹ ਸਿਸਟਮ ਆ ਉਹ ਕਿਵੇਂ ਵਰਕ ਕਰਦਾ? ਮੰਨ ਕੇ ਚੱਲੋ ਤੁਸੀਂ ਡਬਲ ਸਟੋਰੀ ਮਕਾਨ ਹੈ ਤੁਹਾਡੇ ਘਰ ਦੇ ਵਿੱਚ, ਤੁਸੀਂ ਫਸਟ ਫਲੋਰ ਤੇ ਬਜ਼ੁਰਗ ਰਹਿ ਰਹੇ ਨੇ, ਤੇ ਘਰ 'ਚ ਕੈਮਰੇ ਵੀ ਲੱਗੇ ਆ, ਓਬਵੀਅਸਲੀ ਲੱਗੇ ਆ, ਉਹ ਬਜ਼ੁਰਗ ਕੈਮਰਿਆਂ 'ਚ ਵੇਖ ਰਹੇ ਨੇ ਕਿ ਕੌਣ ਆਇਆ ਕੌਣ ਗਿਆ, ਦਰਵਾਜ਼ਾ ਖੜਕਾਇਆ ਕਿਸੇ ਨੇ, ਬਜ਼ੁਰਗਾਂ ਨੇ ਵੇਖਿਆ ਸਾਡੀ ਜਾਣ ਪਛਾਣ ਵਾਲਾ ਬੰਦਾ, ਉਹਨਾਂ ਨੇ ਸਮਾਰਟ ਸਪੀਕਰ ਨੂੰ ਆਵਾਜ਼ ਦਿੱਤੀ ਕਿ ਲੌਕ ਖੋਲ ਦੇ, ਬੰਦਾ ਅੰਦਰ ਆਇਆ, ਉਹਨੇ ਬਜ਼ੁਰਗਾਂ ਨਾਲ ਜਿਹੜਾ ਕੰਮ ਸੀ ਉਹ ਕਰਕੇ ਆਪਣਾ ਵਾਪਸ ਗਿਆ, ਜਾਣ ਲੱਗਿਆ ਉਹਨੇ ਦਰਵਾਜ਼ਾ ਜਦੋਂ ਵਾਪਸ ਜੋੜਿਆ ਇੱਕ ਦੂਜੇ ਨਾਲ ਤੇ ਲੌਕ ਲੱਗ ਗਿਆ। ਮੰਨ ਲਓ ਉਹ ਬੰਦੇ ਦੇ ਦਿਲ ਦੇ ਵਿੱਚ ਕੋਈ ਗਲਤ ਕੋਈ ਖਿਆਲ ਸੀ, ਜਾਣ ਲੱਗਿਆ ਉਹਨੇ ਦਰਵਾਜ਼ਾ ਖੁੱਲਾ ਛੱਡਤਾ ਕਿ ਚਲੋ ਮੈਂ ਦੁਬਾਰਾ ਬਾਅਦ ਵਿੱਚ ਆਊਂਗਾ ਤੇ ਵੇਖੂਗਾ ਜਦੋਂ ਬਜ਼ੁਰਗ ਸੁੱਤੇ ਹੋਏ, ਜਾਂ ਕੋਈ ਗਵਾਰਦਾਤ ਨੂੰ ਕੋਈ ਅੰਜਾਮ ਦੇਣ ਦੀ ਸੋਚ। ਜਦੋਂ ਉਹ 30 ਸੈਕਿੰਡ ਜਾਂ ਜਿੰਨਾ ਆਪਾਂ ਟਾਈਮ ਦਿੱਤਾ ਉਹਦੇ ਤੱਕ ਉਹ ਦਰਵਾਜ਼ਾ ਖੁੱਲਾ ਰਹੂਗਾ ਤੇ ਬਜ਼ੁਰਗਾਂ ਨੂੰ ਨੋਟੀਫਿਕੇਸ਼ਨ ਵੱਜ ਜਾਣਾ ਕਿ ਦਰਵਾਜ਼ਾ ਬੰਦਾ ਥੱਲੇ ਖੁੱਲਾ ਛੱਡ ਗਿਆ ਜੀ। ਸੋ ਹੁਣ ਬਜ਼ੁਰਗਾਂ ਨੂੰ ਵੇਖਣ ਦੀ ਲੋੜ ਨਹੀਂ ਸੀ, ਸਮਾਰਟ ਚੀਜ਼ ਨੇ ਆਪੇ ਦੱਸਿਆ ਕਿ ਮੈਂ ਖੁੱਲੀ ਰਹਿ ਗਈ ਹਾਂ, ਮੈਨੂੰ ਬੰਦ ਕਰਕੇ ਆਓ। ਹੁਣ ਬਜ਼ੁਰਗਾਂ ਨੂੰ ਥੱਲੇ ਆਣ ਕੇ ਬੰਦ ਕਰਨਾ ਪਿਆ, ਮੰਨ ਲਓ ਬੰਦਾ ਜਾਣ ਲੱਗਿਆ ਤੁਹਾਡੀ ਚਾਬੀ ਡੁਪਲੀਕੇਟ ਬਣਾਉਣ ਦੀ ਕੋਈ ਤਰੀਕਾ ਲਾ ਗਿਆ, ਜਾਂ ਜਾਣ ਲੱਗਿਆ ਬਜ਼ੁਰਗਾਂ ਲੱਗ ਗਿਆ ਚਾਬੀਆਂ ਚੁੱਕ ਕੇ ਲੈ ਗਿਆ, ਉਹ ਜਦੋਂ ਵੀ ਚਾਬੀ ਲਾਊਗਾ ਨੋਟੀਫਿਕੇਸ਼ਨ ਉਦੋਂ ਵੀ ਵੱਜ ਜਾਣਾ। ਸੋ ਇਸ ਚੀਜ਼ ਦੇ ਦੂਜਾ ਆਪਸ਼ਨ ਇਹ ਆਉਂਦਾ, ਕਈ ਵਾਰੀ ਕੀ ਹੁੰਦਾ ਘਰ ਦੇ ਵਿੱਚ ਲੇਡੀਜ਼ ਇਕੱਲੀਆਂ ਹੁੰਦੀਆਂ, ਘਰ ਦੇ ਵਿੱਚ ਕਿਚਨ ਦਾ ਕੰਮ ਬਹੁਤ ਹੁੰਦਾ ਵਾ, ਤੁਸੀਂ ਵੇਖਿਆ ਹੋਣਾ ਆਮ ਹੀ ਲੇਡੀਜ਼ ਦਾ ਜ਼ਿਆਦਾ ਸਮਾਂ ਕਿਚਨ 'ਚ ਲੰਘਦਾ। ਸੋ ਸਮਾਰਟ ਸਿਕਿਉਰਿਟੀ ਸਿਸਟਮ ਦਾ ਜਿਹੜਾ ਸਪੀਕਰ ਜਿਹੜਾ ਅਸੀਂ ਅਲਾਰਮ ਦੇਣਾ ਤੁਹਾਨੂੰ, ਉਹ ਵਾਇਰਲੈਸ ਦੇਣਾ, ਲੇਡੀਜ਼ ਜਿੱਥੇ ਆਪਣਾ ਕੰਮ ਕਰ ਰਹੀਆਂ ਉਹਦੇ ਲਾਗੇ ਉਹਨੂੰ ਰੱਖ ਲੈਣ, ਕੋਈ ਬੰਦਾ ਦੀਵਾਰ ਟੱਪਣ ਦੀ ਕੋਸ਼ਿਸ਼ ਕਰਦਾ ਉਹ 'ਚ ਬੈੱਲ ਵੱਜ ਜਾਣੀ ਆ, ਨਾਲ ਹੀ ਤੁਸੀਂ ਕੈਮਰਾ ਚੈੱਕ ਕਰੋ, ਅਗਰ ਤੁਹਾਨੂੰ ਗਲਤ ਚੀਜ਼ ਲੱਗਦੀ ਹੈ ਕੋਈ ਤਾਂ ਤੁਸੀਂ ਆਂਢ ਗੁਆਂਢ ਨੂੰ ਫੋਨ ਕਰ ਸਕਦੇ ਜੇ, ਜਾਂ ਆਪਣੀ ਹੋਰ ਕੋਈ ਹੈਲਪ ਲੈ ਸਕਦੇ। ਇਹਦੇ ਬਾਰੇ ਇਹ ਵੀ ਦੱਸਿਓ ਕਿ ਇਹ ਕਿੱਥੇ ਕਿੱਥੇ ਅੱਜ ਤੱਕ ਤੁਸੀਂ ਚੈੱਕ ਕਰਕੇ ਵੇਖਿਆ, ਜਾਂ ਕਿੱਥੇ ਕਿੱਥੇ ਜ਼ਿਆਦਾ ਲਾਇਆ? ਜਿਹੜੀਆਂ ਡਿਵੈਲਪ ਸਿਟੀਆਂ ਨੇ ਉਹਨਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਕਾਫੀ ਲੋਕਾਂ ਦੀ ਪਸੰਦੀਦਾ ਹੈ, ਜਿਵੇਂ ਅੰਮ੍ਰਿਤਸਰ ਹੋ ਗਿਆ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਔਰ ਜਿੱਥੇ ਲੋਕ ਜ਼ਿਆਦਾ ਕੰਮ ਕਾਜੀ ਨੇ ਉੱਥੇ ਇਹ ਚੀਜ਼ ਹਮੇਸ਼ਾ ਜਿਹੜੀ ਵਧੀਆ ਹੀ ਗਿਣੀ ਜਾਂਦੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਇਹ ਚੀਜ਼ ਜਿਹੜੀ ਪਸੰਦ ਆਉਂਦੀ ਹੈ ਇਹ NRI ਭਰਾਵਾਂ ਨੂੰ ਆਉਂਦੀ ਹੈ, ਜਿਨ੍ਹਾਂ ਦੀ ਇੱਥੇ ਪ੍ਰੋਪਰਟੀ ਆਮ ਤੌਰ ਤੇ ਹੁੰਦੀ ਆ, ਭਾਵੇਂ ਰਾਖੇ ਵੀ ਰੱਖੇ ਹੁੰਦੇ ਆ, ਕਈ ਵਾਰੀ ਰਾਖੇ ਰੱਖਿਆਂ ਦੇ ਬਾਵਜੂਦ ਵੀ ਉਹਨਾਂ ਦੇ ਘਰਾਂ ਦੇ ਵਿੱਚ ਚੋਰੀ ਹੋ ਜਾਂਦੀ। ਸੋ ਇਸ ਚੀਜ਼ ਨੂੰ ਜਿਹੜੀ ਆ ਉਹ ਬਹੁਤ ਪਹਿਲ ਦਿੰਦੇ, ਕਿਉਂਕਿ ਸਿਕਿਉਰਿਟੀ ਵੇਖੋ ਤੁਹਾਡੀ ਅਗਰ ਕਰੋੜਾਂ ਰੁਪਈਆਂ ਦੀ ਪ੍ਰੋਪਰਟੀ ਦੇ ਉੱਤੇ 10-20 ਹਜ਼ਾਰ ਦੀ ਸਿਕਿਉਰਿਟੀ ਦਾ ਖਰਚਾ ਆਉਂਦਾ, ਉਹ ਵੀ ਵਨ ਟਾਈਮ ਇੱਕ ਵਾਰ ਦਾ, ਤੇ ਉਹ ਕੋਈ ਇੰਨਾ ਜ਼ਿਆਦਾ ਨਹੀਂ ਮੈਨੂੰ ਲੱਗਦਾ। ਤਾਂ ਮੋਬਾਈਲ ਵੀ ਆਮ ਹੀ ਆ ਸਮਾਰਟ ਲੋਕਾਂ ਕੋਲ, ਕੈਮਰੇ ਵੀ ਆਮ ਹੀ ਲੱਗੇ ਨੇ, ਫਿਰ ਇਹ ਸੋਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ? ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ? ਦੇਖੋ
ਸਾਡੇ ਕੋਲ ਹਮੇਸ਼ਾ ਕੋਈ ਵੀ ਟੈਕਨੋਲੋਜੀ ਜਦੋਂ ਆਉਂਦੀ ਆ ਉਹ ਜ਼ਿਆਦਾਤਰ ਮਾਰਕੀਟਿੰਗ ਦੇ ਰਾਹੀਂ ਆਉਂਦੀ ਆ। ਅਸੀਂ ਟੀਵੀ 'ਚ ਵਹਿੰਦੇ ਹਾਂ ਉਹ ਦੱਸਣ ਡੇ ਹੁੰਦੇ ਆ ਸਮਾਰਟਫੋਨ ਖਰੀਦੋ ਇਹਦੇ 'ਚ ਆਹ ਖਾਸੀਅਤ ਆ, ਅਸੀਂ ਮਸ਼ਹੂਰੀਆਂ ਵਹਿੰਦੇ ਹਾਂ ਐਲਈਡੀ ਦੱਸਦੇ ਆਹ ਵਾਲੀ ਵੇਖੋ 'ਚ ਸਾਫ਼ ਫੋਟੋ ਆਉਂਦੀ ਆ, ਸਾਨੂੰ ਮਸ਼ਹੂਰੀਆਂ 'ਚ ਫਰਿੱਜਾਂ ਦਿਖਾਉਂਦੇ ਆ, ਵਾਸ਼ਿੰਗ ਮਸ਼ੀਨਾਂ ਦਿਖਾਉਂਦੇ ਆ। ਬਟ ਮੈਂ ਇਹ ਗੱਲ ਕਹੂੰ ਇਹ ਸਾਰੀਆਂ ਚੀਜ਼ਾਂ ਸਮਾਰਟ ਜ਼ਰੂਰ ਨੇ ਟੈਕਨੋਲੋਜੀ ਨਾਲ ਜਿਹੜੀਆਂ ਇਸ ਵੇਲੇ ਜੁੜੀਆਂ ਜ਼ਰੂਰ ਨੇ, ਪਰ ਇਹਨਾਂ ਦਾ ਅਸਲ ਪੋਟੈਂਸ਼ੀਅਲ ਕੀ ਆ ਜੇ ਤੁਹਾਡੀਆਂ ਚੀਜ਼ਾਂ ਸਿਕਿਓਰ ਵੀ ਰਹਿਣ, ਤੁਹਾਡੇ ਕੋਲ ਰਹਿਣ। ਇਹ ਨਾ ਹੋਵੇ ਕਿ ਤੁਸੀਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਘਰ 'ਚ ਲਾਈਆਂ, ਤੁਸੀਂ ਇੱਕ ਰਾਤ ਲਈ ਬਾਹਰ ਗਏ ਤੇ ਵਾਪਸ ਆਣ ਕੇ ਵੇਖਿਆ ਉਹ ਚੀਜ਼ਾਂ ਹੈ ਹੀ ਨਹੀਂ ਘਰ ਦੇ ਵਿੱਚ। ਸੋ ਸਮਾਰਟਫੋਨ ਸਮਾਰਟ ਤਾਂ ਹੀ ਆ ਜੇ ਤੁਸੀਂ ਇਹਦੇ ਨਾਲ ਆਪਣੀ ਸਿਕਿਉਰਿਟੀ ਵੀ ਕਰ ਸਕੋ, ਆਪਣੀ ਇਹਦੇ ਨਾਲ ਤੁਸੀਂ ਜਿਹੜੇ ਘਰ ਦੀ ਜਿਹੜੀ ਦੇਖਭਾਲ ਵੀ ਕਰ ਸਕੋ, ਈਵਨ ਕਿ ਤੁਸੀਂ ਆਪਣੇ ਰੋਜ਼ਮਰ੍ਹਾ ਦੇ ਜਿਹੜੇ ਕੰਮ ਹੈ ਜਿਵੇਂ ਸਵਿੱਚ ਆਨ ਆਫ ਕਰਨਾ, ਤੁਸੀਂ ਉਹ ਵੀ ਆਪਣੇ ਸਮਾਰਟਫੋਨ ਤੋਂ ਕਰ ਸਕੋ। ਸਮਾਰਟਫੋਨ ਦੀ ਸਮਾਰਟਨੈਸ ਤਾਂ ਆ ਹੀ ਹੈ, ਬਲਕਿ ਇਹ ਨਹੀਂ ਆ ਕਿ ਸਾਰਾ ਦਿਨ ਆਪਾਂ ਸੋਸ਼ਲ ਮੀਡੀਆ ਵੇਂਦੇ ਰਹੀਏ। ਇਹ ਤੇ ਕਿਸੇ ਵੀ ਫੋਨ 'ਚ ਹੋ ਸਕਦਾ, ਉਹਦੇ ਲਈ ਫੋਨ ਦੇ ਸਮਾਰਟਫੋਨ ਦੀ ਲੋੜ ਨਹੀਂ ਹੈ। ਸੋ ਸਮਾਰਟਫੋਨ ਨੂੰ ਜਾਂ ਸਮਾਰਟ ਚੀਜ਼ਾਂ ਨੂੰ, ਇਹਨਾਂ ਦਾ ਅਸਲ ਜਿਹੜਾ ਪੋਟੈਂਸ਼ੀਅਲ ਤਾਂ ਹੈ ਜੇ ਤੁਸੀਂ ਇਹਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਕੰਮ 'ਚ ਲਿਆਉਂਦੇ। ਸੋ ਅਗਰ ਆਪਾਂ 1-1.5 ਲੱਖ ਰੁਪਇਆ ਸਮਾਰਟਫੋਨ ਤੇ ਖਰਚ ਸਕਦੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਥੋੜੇ ਬਹੁਤੇ ਪੈਸੇ ਸਿਕਿਉਰਿਟੀ ਲਈ ਖਰਚੇ ਦੇ ਕੋਈ ਏਡਾ ਜ਼ਿਆਦਾ ਵੱਡਾ ਕੰਮ। ਤਾਂ ਮਨਪ੍ਰੀਤ ਜੀ, ਅਸੀਂ ਚਾਹੋਗੇ ਕਿ ਆਪਣਾ ਨੰਬਰ ਵੀ ਬੋਲ ਦਿਓ ਤੇ ਅਖੀਰ ਵਿੱਚ ਜੋ ਅਪੀਲ ਕਰਨੀ ਚਾਹੁੰਦੇ ਜੀ ਵੀਰਾਂ ਨੂੰ ਤੁਸੀਂ ਕਰ ਸਕਦੇ ਹੋ। ਹਾਂਜੀ, ਮੇਰਾ ਨੰਬਰ ਹੈ 9914599119 9914599919 ਔਰ ਅਪੀਲ ਦੇਖੋ ਮੈਂ ਇਹੀ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਮਿਹਨਤ ਨਾਲ ਆਪਣੇ ਜਿਹੜੀ ਲਾਈਫ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਔਰ ਦੁੱਖ ਉਦੋਂ ਲੱਗਦਾ ਹੈ ਜਦੋਂ ਇਹ ਮਿਹਨਤ ਨਾਲ ਬਣਾਏ ਪੈਸੇ ਕਿਸੇ ਕਾਰਨ ਕਰਕੇ ਚੋਰੀ ਹੋ ਜਾਣ ਜਾਂ ਕੋਈ ਚੀਜ਼ ਦਾ ਸਾਡਾ ਨੁਕਸਾਨ ਕਰ ਜਾਂਦਾ ਕੋਈ ਚੋਰ, ਜਾਂ ਚਲੋ ਉਹਨਾਂ ਦੀ ਕੋਈ ਹੋਊਗੀ ਉਹਨਾਂ ਦੀ ਆਪਣੀ ਸੋਚ, ਜਿਹੜੇ ਲੋਕ ਚੋਰ ਹੁੰਦੇ ਨੇ। ਪਰ ਮੈਂ ਇਹ ਚਾਹੁੰਦਾ ਕਿ ਤੁਹਾਨੂੰ ਡਿਫੈਂਸ ਦੇ ਵਿੱਚ ਹਮੇਸ਼ਾ ਕੰਮ ਕਰਨਾ ਚਾਹੁੰਦੇ ਕਿ ਅਸੀਂ ਇਹ ਨਾ ਸੋਚੀਏ ਕਿ ਦੁਨੀਆ 'ਚ ਚੋਰ ਖਤਮ ਹੋ ਜਾਣ, ਅਸੀਂ ਇਹ ਸੋਚੀਏ ਕਿ ਆਪਣੇ ਆਪ ਨੂੰ ਇੰਨਾ ਸਿਕਿਓਰ ਕਰ ਲਓ ਕਿ ਚੋਰ ਤੁਹਾਡੇ ਘਰ ਵੱਲ ਨਜ਼ਰ ਨਾ ਮਾਰੇ। ਬਾਕੀ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਵੇਖੋ ਹਰ ਬੰਦੇ ਦੀ ਆਪਣੀ ਪ੍ਰੋਪਰਟੀ ਆ, ਆਪਣੀ ਇੱਕ ਕਹਿ ਲਓ ਕਿ ਵੈਲਿਊ ਵਾਲੀਆਂ ਚੀਜ਼ਾਂ ਨੇ। ਸੋ ਥੋੜ੍ਹੀ ਬਹੁਤੀ ਅਗਰ ਆਪਾਂ ਉਹਨਾਂ ਦੇ ਉੱਤੇ ਹੋਰ ਕੋਸਟ ਲਾ ਕੇ ਉਹਨਾਂ ਨੂੰ ਸਿਕਿਓਰ ਕਰ ਲਈਏ, ਜਾਂ ਡੇਲੀ ਰੂਟੀਨ 'ਚ ਕੰਮ ਕਰਨ ਵਾਲੇ ਜਿਹੜੇ ਆਪਾਂ ਕੰਮਾਂ ਦੇ ਜਿਹ 'ਚ ਆਪਾਂ ਟਾਈਮ ਵੇਸਟ ਕਰਦੇ ਹਾਂ, ਜਾਂ ਕਈ ਵਾਰੀ ਆਪਾਂ ਭੁੱਲ ਜਾਂਦੇ ਹਾਂ ਘਰ ਦੇ ਵਿੱਚ ਬਿਜਲੀ ਵੈਸੇ ਯੂਜ਼ ਹੁੰਦੀ ਰਹਿੰਦੀ ਆ, ਅਸੀਂ ਚੀਜ਼ਾਂ ਔਨ ਛੱਡ ਜਾਂਦੇ ਹਾਂ, ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਆਪਣੀਆਂ ਸਮਾਰਟ ਜਿਹੜੇ ਡਿਵਾਈਸ ਆ ਉਹਨਾਂ ਨੂੰ ਘਰ ਦੇ ਵਿੱਚ ਹਮੇਸ਼ਾ ਇੰਸਟਾਲ ਕਰਕੇ ਰੱਖਣੀ ਚਾਹੀਦੀ ਆ, ਤਾਂ ਜੋ ਸਮਾਰਟਫੋਨ ਦਾ ਇੱਕ ਤਾਂ ਪੂਰਾ ਕੰਮ ਲੈ ਸਕੋ, ਦੂਸਰਾ ਉਹ ਜਿਹੜੀਆਂ ਚੀਜ਼ਾਂ ਵਾ ਉਹ ਤੁਹਾਡੇ ਅਤੇ ਤੁਹਾਡੀ ਜੇਬ ਦੇ ਉੱਤੇ ਖਰਚਾ ਨਾ ਵਧਾਉਣ। ਤਾਂ ਇਹ ਸੰਦੀਪ ਮਨਪ੍ਰੀਤ ਸਿੰਘ ਜੀ ਸੰਧੂ ਜਿਨ੍ਹਾਂ ਨੇ ਉਹ ਸੋਫਟਵੇਅਰ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਸਾਰੇ ਘਰ ਨੂੰ ਸਮਾਰਟ ਬਣਾ ਦੇਵੇਗਾ, ਕਿਉਂਕਿ ਐਲਸੀਡੀਆਂ ਫੋਨ ਜਾਂ ਏਸੀ ਸਮਾਰਟ ਆਉਂਦੇ ਨੇ, ਪਰ ਬਹੁਤ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਘਰ 'ਚ ਲੱਗੀਆਂ ਜਿਹੜੀਆਂ ਸਮਾਰਟ ਨਹੀਂ ਹੁੰਦੀਆਂ। ਜਿਵੇਂ ਮਨਪ੍ਰੀਤ ਜੀ ਨੇ ਦੱਸਿਆ ਕਿ ਇੰਨਾ ਪੈਸਾ ਖਰਚ ਕੇ ਜੇ ਤੁਸੀਂ ਥੋੜੇ ਜਿਹੇ ਹੋਰ ਸੋਫਟਵੇਅਰ ਲਾ ਕੇ ਉਹਨੂੰ ਵਾਕਈ ਇੱਕ ਮਹਿਫੂਜ਼ ਬਣਾ ਸਕੋ ਤਾਂ ਜੋ ਜਿਹੜੀ ਚੋਰੀ ਆ ਘਰਾਂ ਦੇ ਵਿੱਚ ਉਹ ਘੱਟ ਜਾਵੇ, ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਰੇ ਨੌਜਵਾਨ ਇਸ ਚੀਜ਼ ਨਾਲ ਜੁੜ ਸਕਣ। ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ, ਮੈਂ ਜਸਵੀਰ ਸਿੰਘ ਸੀਨਾ, ਤਰਨ ਤਾਰਨ।